ਹੁਸ਼ਿਆਰਪੁਰ ਪੁਲਿਸ ਨੇ ਐਸਐਸਪੀ ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ ਤੇ ਸੀਆਈਏ ਸਟਾਫ ਦੇ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਿੱਚ ਇੰਡੀਅਨ ਓਵਰਸੀਜ਼ ਬੈਂਕ ਗਿਲਚੀਆਂ, ਪੰਜਾਬ ਐਂਡ ਸਿੰਧ ਬੈਂਕ ਭਾਗੋਵਾਲ ਅਤੇ ਯੂਕੋ ਬੈਂਕ ਕਾਲਰਾ ਵਿੱਚ ਹੋਈਆਂ ਡਕੈਤੀਆਂ ਨੂੰ ਸੁਲਝਾਉਣ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਵੱਲੋਂ ਡਕੈਤੀ ਕਰਨ ਵਾਲੇ ਗਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਪਾਸੋਂ ਡਕੈਤੀ ਵਿੱਚ ਇਸਤੇਮਾਲ ਕੀਤੇ ਹਥਿਆਰ, ਯੂਕੋ ਬੈਂਕ ਕਾਲਰਾ ਦੇ ਸਿਕਿਉਰਿਟੀ ਗਾਰਡ ਤੋਂ ਖੋਹੀ ਰਾਈਫਲ, 1 ਮੋਟਰਸਾਈਕਲ, 1 ਸਕੂਟਰੀ ਅਤੇ 30,000 ਦੀ ਨਕਦੀ ਬਰਾਮਦ ਕੀਤੀ ਗਈ ਹੈ। ਐਸਐਸਪੀ ਨਵਜੋਤ ਸਿੰਘ ਮਾਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਗਰੋਹ 'ਤੇ ਪਹਿਲਾਂ ਵੀ ਬਹੁਤ ਸਾਰੇ ਮੁਕੱਦਮੇ ਦਰਜ ਹਨ ਅਤੇ ਪੁਲਿਸ ਵੱਲੋਂ ਗਰੋਹ ਦੇ ਬਾਕੀ ਫਰਾਰ ਮੈਂਬਰਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਤੋਂ ਸੋਨੂੰ ਥਾਪਰ ਦੀ ਵਿਸ਼ੇਸ਼ ਰਿਪੋਰਟ। ਜਦੋਂ 3 ਡਕੈਤੀ ਬੈਂਕ ਡਕੈਤੀ ਦੇ ਕੇਸਿਸ ਹੁਸ਼ਿਆਰਪੁਰ ਪੁਲਿਸ ਨੇ ਟਰੇਸ ਕੀਤੇ ਨੇ, ਇਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਪਹਿਲਾ ਕੇਸ ਹੋਇਆ ਸੀਗਾ ਟਾਂਡੇ ਦੇ ਵਿੱਚ, ਜਿੱਥੇ ਇੱਕ ਬੈਂਕ ਲੁੱਟੀ ਗਈ ਸੀ। ਉਸ ਤੋਂ ਬਾਅਦ ਦੂਜਾ ਕੇਸ ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ ਹੋਇਆ ਸੀ, ਜਿੱਥੇ ਇੱਕ ਦੁਬਾਰਾ ਇਹਨਾਂ ਨੇ ਬੈਂਕ ਲੁੱਟੀ ਸੀ, ਅਤੇ ਕੁਛ ਦਿਨ ਪਹਿਲਾਂ ਇਹਨਾਂ ਇੱਕ ਯੂਕੋ ਬੈਂਕ ਦੇ ਵਿੱਚ ਡਕੈਤੀ ਮਾਰੀ ਸੀ। ਉਹ ਏਰੀਆ ਸੀਗਾ ਜਲੰਧਰ ਰੂਰਲ ਦਾ। ਉਸ ਡਕੈਤੀ ਦੌਰਾਨ ਇਹਨਾਂ ਨੇ ਉੱਥੋਂ ਦੇ ਗਾਰਡ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ ਅਤੇ ਉਸ ਗਾਰਡ ਦੀ ਬਾਰਾਂਬੋਰ ਗੱਲ ਲੈ ਕੇ ਫਰਾਰ ਹੋ ਗਈ ਸੀ। ਅਸੀਂ ਇਹਦੇ ਵਿੱਚ 3 ਜਿਹੜੇ ਮੁਜਰਿਮ ਨੇ ਮੇਨ, ਉਹਨਾਂ ਨੂੰ ਹੁਣ ਅਰੈਸਟ ਕੀਤਾ, ਜਿਨ੍ਹਾਂ ਦਾ ਨਾਮ ਸੁਖਵਿੰਦਰ, ਸੁਨੀਲ ਦੱਤ ਅਤੇ ਬਲਵਿੰਦਰ ਹੈ। ਇਹਨਾਂ ਤਿੰਨਾਂ ਕੋਲੋਂ ਅਸੀਂ 3 ਪਿਸਟਲ ਜਿਹੜੇ ਆ ਉਹ ਬਰਾਮਦ ਕੀਤੇ ਨੇ ਅਤੇ ਨਾਲ 8 ਲਾਈਵ ਕਾਰਟੂਜਸ ਨੇ। ਨਾਲ ਹੀ ਨਾਲ ਅਸੀਂ ਇਹਨਾਂ ਕੋਲੋਂ ਜਿਹੜੀ ਬੰਦੂਕ ਖੋਹ ਕੇ ਲੈ ਗਏ ਸੀ ਜਦੋਂ ਇਹਨਾਂ ਨੇ ਆਦਮਪੁਰ ਦੇ ਏਰੀਏ ਵਿੱਚ ਵਾਰਦਾਤ ਕੀਤੀ ਸੀ, ਉਸ ਗਾਰਡ ਨੂੰ ਗੋਲੀ ਮਾਰੀ ਸੀ, ਉਹ 12 ਬੋਰ ਦੀ ਗੰਨ ਵੀ ਕਾਰਟੂਜਸ ਸਮੇਤ ਅਸੀਂ ਰਿਕਵਰ ਕਰ ਲਈ ਹੈ। ਜਿਹੜੇ ਇਹਨਾਂ ਵਹੀਕਲਸ ਯੂਜ਼ ਕੀਤੇ ਸੀ, 1 ਸਕੂਟੀ ਅਤੇ 1 ਮੋਟਰਸਾਈਕਲ, ਇਹਨਾਂ ਤਿੰਨਾਂ ਵਾਰਦਾਤਾਂ ਦੇ ਵਿੱਚ ਉਹ ਵੀ ਅਸੀਂ ਰਿਕਵਰ ਕਰ ਲਏ ਨੇ। ਸਰ ਕੈਸ਼ ਕਿੰਨਾ? ਕੈਸ਼ ਇਹਨਾਂ ਦੇ ਹਿੱਸੇ ਤੱਕ ਹੁਣ ਤੱਕ ਜਿਹੜਾ 30,000 ਰੁਪਈਆ ਅਸੀਂ ਰਿਕਵਰ ਕੀਤਾ। ਇੱਥੇ ਮੈਂ ਇਹ ਵੀ ਤੁਹਾਨੂੰ ਸ਼ੇਅਰ ਕਰਨਾ ਚਾਹੂੰਗਾ ਕਿ ਇਹਨਾਂ ਨੇ ਜਿਹੜੀ ਹੁਣ ਤੱਕ ਦੀ ਮੁੱਢਲੀ ਪੁੱਛਗਿੱਛ ਦੇ ਵਿੱਚ ਗੱਲ ਸਾਹਮਣੇ ਆਈ ਹੈ, ਭੈਣੀ ਮੀਖਾ ਇੱਕ ਪਿੰਡ ਪੈਂਦਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ, ਇਹਨਾਂ ਉੱਥੋਂ ਦੀ ਵੀ ਰੈਕੀ ਕੀਤੀ ਸੀ। ਜੇ ਨਾ ਫੜੇ ਜਾਂਦੇ ਤੇ ਇਹਨਾਂ ਬਹੁਤ ਜਲਦ ਉੱਥੇ ਵੀ ਡਕੈਤੀ ਕਰਨੀ ਸੀ। ਹਾਂਜੀ, ਸਾਰੇ ਪਕੜੇ ਗਏ ਕਿ ਰਹਿੰਦਾ? ਨਹੀਂ, 3 ਅਸੀਂ ਫੜ ਲਏ ਨੇ, 1 ਜਲੰਧਰ ਰੂਰਲ ਵਾਲਿਆਂ ਨੇ ਫੜ ਲਿਆ ਤੇ 2 ਜਿਹੜੇ ਨੇ ਉਹ ਹਜੇ ਫਰਾਰ ਨੇ। ਇਹ ਨਾਮੀ ਕ੍ਰਿਮੀਨਲਸ ਨੇ, ਇਹਨਾਂ ਸਾਰਿਆਂ ਦੇ ਖਿਲਾਫ ਪਹਿਲਾਂ ਕੇਸਿਸ ਰਜਿਸਟਰਡ ਨੇ, 1 ਦੇ ਖਿਲਾਫ 15 ਕੇਸਿਸ ਰਜਿਸਟਰਡ ਨੇ, 1 ਦੇ ਖਿਲਾਫ 3 ਕੇਸਿਸ ਰਜਿਸਟਰਡ ਨੇ, ਜਿਹੜਾ ਸੁੱਖਾ ਕੱਲ ਫੜਿਆ ਉਸ ਦੇ ਖਿਲਾਫ ਵੀ 3 ਕੇਸਿਸ ਰਜਿਸਟਰਡ ਨੇ, ਤੇ ਇਹ ਸਾਰੇ ਦੇ ਸਾਰੇ ਹੀ ਪੁਰਾਣੇ ਨਾਮੀ ਕ੍ਰਿਮੀਨਲਸ ਨੇ। ਇਹ ਹੁਣ ਇਹਨਾਂ ਦੀ ਪੁੱਛਗਿੱਛ ਕਰਾਂਗੇ। ਲੱਗਿਆ 3 ਪਿਸਟਲ ਨੇ ਜਿਹੜੇ ਤੁਸੀਂ ਦੇਖ ਰਹੇ ਹੋ, ਨਾਲ 8 315 ਬੋਰ ਦੇ ਲਾਈਵ ਕਾਰਟੂਜਸ ਨੇ, ਤੇ ਜਿਹੜੀ ਅਸਲਾ ਦੇ ਵਿੱਚ ਜਿਹੜੀ 12 ਬੋਰ ਹੈ ਜਿਹੜੀ ਰਿਕਵਰ ਹੋਈ ਹੈ, ਇਹ ਇਹਨਾਂ ਨੇ ਜਿਹੜਾ ਆਦਮਪੁਰ ਬੈਂਕ ਸੀਗਾ ਜਦੋਂ ਉੱਥੇ ਲੁੱਟ ਕੀਤੀ ਸੀ ਤੇ ਉਸ ਤੇ ਗਾਰਡ ਨੂੰ ਗੋਲੀ ਮਾਰੀ ਸੀ ਤੇ ਉਹਦੇ ਕੋਲੋਂ ਖੋ ਕੇ ਲੈ ਕੇ ਗਏ ਸੀ। ਸਰ ਇਹਨਾਂ ਨੂੰ ਕਿੱਥੋਂ ਫੜੇ? ਇਹ ਸੀ ਜੀ, ਇਹਨਾਂ ਨੂੰ ਫੜਿਆ ਖਾਖਲੀ ਪਿੰਡ ਹਰਿਆਣੇ ਤੋਂ, ਹਰਿਆਣਾ ਪੰਗਾ ਜਿਹੜਾ ਸਾਡਾ ਇੱਥੇ ਹੁਸ਼ਿਆਰਪੁਰ ਦੇ ਨਾਲ ਹੀ ਪੈਂਦਾ। ਇਹਦੇ ਵਿੱਚ ਮੈਂ ਸਪੈਸ਼ਲੀ ਇਹ ਮੈਂਸ਼ਨ ਜ਼ਰੂਰ ਕਰਨਾ ਚਾਹੂੰਗਾ ਕਿ ਜਦੋਂ ਦੀਆਂ ਵਾਰਦਾਤਾਂ ਹੋਈਆਂ ਸੀਗੀਆਂ, ਅਸੀਂ ਤਕਰੀਬਨ 6 ਟੀਮਾਂ ਬਣਾਈਆਂ ਸੀ ਜਿਹੜੀ ਇਸ ਕੇਸ ਨੂੰ ਕਰਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਉਹਨਾਂ ਨੂੰ ਹੈੱਡ ਕਰ ਰਹੀ ਸੀ ਸਾਡੇ SPD ਰਵਿੰਦਰ ਜੀ, ਅਤੇ ਜਿਹੜੀ ਬਾਕੀ ਟੀਮਾਂ ਨੂੰ ਹੈੱਡ ਕਰ ਰਹੀ ਸੀ, 1 ਟੀਮ ਨੂੰ ਗੁਰਬਿੰਦਰ SHO ਸਿਟੀ, 1 ਟੀਮ ਨੂੰ ਹੈੱਡ ਕਰ ਰਹੇ ਸੀਗੇ ਸਾਡੇ ਕਰਨੈਲ ਸਿੰਘ SHO ਮਾਡਲ ਟਾਊਨ, 1 ਨੂੰ ਹੈੱਡ ਕਰ ਰਹੇ ਸੀਗੇ ਹਰਗੁਰਦੇਵ SHO ਹਰਿਆਣਾ, ਅਤੇ ਬਾਕੀ 3 ਟੀਮਾਂ ਸ਼ਿਵ ਕੁਮਾਰ ਇੰਸਪੈਕਟਰ ਜਿਹੜੇ CI ਦੇ ਉਹ ਹੈੱਡ ਕਰ ਰਹੇ ਸੀ। ਇਹਨਾਂ ਸਾਰਿਆਂ ਨੇ ਬਹੁਤ ਹੀ ਕੋਆਰਡੀਨੇਸ਼ਨ ਨਾਲ ਵਧੀਆ ਕੰਮ ਕਰਕੇ, ਹਿਊਮਨ ਰਿਸੋਰਸਿਸ ਯੂਜ਼ ਕਰਕੇ ਅਤੇ ਨਾਲ ਹੀ ਇਹਨਾਂ ਨੇ ਟੈਕਨੀਕਲ ਇਨਪੁੱਟਸ ਨੂੰ ਯੂਜ਼ ਕਰਕੇ ਇਸ ਕੇਸ ਨੂੰ ਕਰੈਕ ਕੀਤਾ।